ਵਿਵਾਦ ਉੱਠਿਆ ਹੋਇਆ ਭਈਏ ਭਜਾਓ ਤੇ ਪੰਜਾਬ ਬਚਾਓ। ਇੱਥੇ ਸ਼ਰੇਆਮ ਭਈਏ ਆ ਕੇ 5-5 ਸਾਲ ਦੀਆਂ ਕੁੜੀਆਂ ਨਾਲ ਬਲਾਤਕਾਰ ਕਰਦੇ ਆ, ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਮਾਰ ਦਿੰਦੇ ਆ। ਲੁਧਿਆਣੇ ਦੇ ਅੰਦਰ ਹੋਲੀ ਵਾਲੇ ਦਿਨ ਸ਼ਰੇਆਮ ਆਪਣੇ ਬੰਦੇ ਭਈਆਂ ਨੇ ਕੁੱਟੇ, ਸਾਡੀਆਂ ਪੱਗਾਂ ਲਾਹੀ ਜਾਂਦੇ ਆ। ਰਾਤ ਦੀ ਘਟਨਾ ਹੈ ਰਾਮਪੁਰੇ ਦੀ। ਬਹੁਤੇ ਬੰਦਿਆਂ ਨੇ ਬੜਾ ਇਹਦਾ ਕਿ ਜੀ ਭਈਏ ਕਿਉਂ ਭਜਾਉਣੇ ਆ ਜੀ, ਭਈਆਂ ਮੇਰਾ ਕੰਮ ਕਿਵੇਂ ਚੱਲੂਗਾ ਜੀ, ਭਈਆਂ ਦਾ ਕੀ ਨੁਕਸਾਨ ਹੈ ਜੀ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਜਦੋਂ ਦੇ ਭਈਏ ਆਏ ਆ, ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਸਾਡੇ ਲੋਕਾਂ ਦਾ ਰੁਜ਼ਗਾਰ ਆ ਜਿਹੜਾ ਉਹ ਖੋ ਲਿਆ ਗਿਆ। ਹੁਣ ਇਹਦੇ ਬੰਦੇ ਬੜੇ ਇਸ ਗੱਲ ਦੀ ਕਿੰਤੂ ਪਰੰਤੂ ਕਰਦੇ ਆ ਕਿ ਯਾਰ ਸਾਡੇ ਬੰਦੇ ਕੰਮ ਨਹੀਂ ਕਰਦੇ, ਸਾਡੇ ਬੰਦੇ ਸਮੇਂ ਤੇ ਆਉਂਦੇ ਨਹੀਂ, ਪੂਰਾ ਕੰਮ ਨਹੀਂ ਕਰਦੇ, ਤਾਂ ਕਰਕੇ ਭਈਆਂ ਨੂੰ ਤਰਜੀਹ ਦਿੱਤੀ। ਰਾਮਾ ਰਿਫਾਇਨਰੀ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ, ਉੱਥੇ ਸਾਨੂੰ ਐਂ ਨਜ਼ਰ ਹੀ ਨਹੀਂ ਆਉਂਦਾ ਜਾ ਕੇ ਵੀ ਇੱਥੇ ਆਪਾਂ ਪੰਜਾਬ 'ਚ ਆ ਗਏ ਹੁੰਦੇ ਹਾਂ। ਐਂ ਲੱਗਦਾ ਯਾਰ ਕਿਸੇ ਹੋਰ ਸੂਬੇ 'ਚ ਫਿਰਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕਰਨੀ ਆ ਜਿਹੜਾ ਮੁੱਦਾ ਪੰਜਾਬ ਦੇ ਅੰਦਰ ਕਾਫੀ ਭਖਿਆ ਹੋਇਆ, ਕਿਉਂਕਿ ਸਾਡੇ ਲੋਕ ਜਿਹੜੇ ਸਾਡੇ ਨੇ, ਕਹੂੰਗਾ ਮੈਂ ਆਪਣੇ ਆਪ ਨੂੰ, ਇਹ ਉਹ ਲੋਕ ਨੇ ਜਿਹੜੇ ਪੰਜਾਬ ਦਰਦੀ ਅਖਵਾਉਂਦੇ ਨੇ, ਪਰ ਹਮੇਸ਼ਾ ਭੁਗਤਦੇ ਪੰਜਾਬ ਦੇ ਖਿਲਾਫ ਹੀ ਨੇ। ਜਦੋਂ ਵੀ ਕੋਈ ਪੰਜਾਬ ਪੱਖੀ ਗੱਲ ਉੱਠਦੀ ਆ ਜਾਂ ਪੰਜਾਬ ਦੇ ਪੱਖ ਦੀ ਗੱਲ ਜਾਂ ਪੰਜਾਬ ਦੇ ਹੱਕ ਦੀ ਗੱਲ ਕਰਨ ਕੋਈ ਵੀ ਇਨਸਾਨ ਪੰਜਾਬ ਦੇ ਅੰਦਰੋਂ ਉੱਠਦਾ, ਤਾਂ ਇਹ ਨਾਲ ਦੀ ਨਾਲ ਖੁੰਭਾਂ ਨੂੰ ਖੜ੍ਹੇ ਹੋ ਜਾਂਦੇ ਆ, ਉਹਨਾਂ ਬੰਦਿਆਂ ਦਾ ਵਿਰੋਧ ਕਰਨਾ ਸ਼ੁਰੂ ਕਰਦੇ ਆ। ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਹੋਰ ਹੀ ਕਹਾਣੀ ਨੂੰ ਘੁੰਮਣ ਘੇਰੀ 'ਚ ਪਾ ਦਿੰਦੇ ਆ। ਸੋ ਵਿਵਾਦ ਉੱਠਿਆ ਹੋਇਆ ਭਈਏ ਭਜਾਓ ਅਤੇ ਪੰਜਾਬ ਬਚਾਓ। ਬਹੁਤੇ ਬੰਦਿਆਂ ਨੇ ਬੜਾ ਇਹਦਾ ਕਿ ਜੀ ਭਈਏ ਕਿਉਂ ਭਜਾਉਣੇ ਆ ਜੀ, ਭਈਆਂ ਮੇਰਾ ਕੰਮ ਕਿਵੇਂ ਚੱਲੂਗਾ ਜੀ, ਭਈਆਂ ਦਾ ਕੀ ਨੁਕਸਾਨ ਹੈ ਜੀ। ਕਈ ਵਿਦਵਾਨ ਇਹ ਪਤਾ ਨਹੀਂ ਤਰਕ ਕਿੱਥੋਂ ਕੱਢ ਕੇ ਲਿਆਏ ਆ ਕਿ ਜੀ ਆਪਣੇ ਲੋਕ ਵੀ ਬਾਹਰ ਜਾਂਦੇ ਆ ਜੀ। ਹੁਣ ਮੈਂ ਤੁਹਾਨੂੰ ਦੱਸਦਾ ਕਿ ਭਈਆਂ ਨੇ ਪੰਜਾਬ ਅੰਦਰ ਨੁਕਸਾਨ ਕੀ ਕੀਤਾ, ਧਿਆਨ ਨਾਲ ਸੁਣਿਓ, ਨੁਕਸਾਨ ਕੀ ਕੀਤਾ ਭਈਆਂ ਨੇ ਪੰਜਾਬ ਅੰਦਰ, ਫਿਰ ਉਹ ਵੀ ਤੁਹਾਨੂੰ ਮੈਂ ਦੱਸੂੰਗਾ ਵੀ ਸਾਡੇ ਬੰਦੇ ਬਾਹਰ ਜਾ ਕੇ ਉਧਰਲੇ ਮੁਲਕਾਂ 'ਚ ਉਹਨਾਂ ਲੋਕਾਂ ਦਾ ਕੀ ਨੁਕਸਾਨ ਕਰ ਰਹੇ ਆ ਜਾਂ ਨਹੀਂ ਕਰ ਰਹੇ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਜਦੋਂ ਦੇ ਭਈਏ ਆਏ ਆ, ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਸਾਡੇ ਲੋਕਾਂ ਦਾ ਰੁਜ਼ਗਾਰ ਆ ਜਿਹੜਾ ਉਹ ਖੋ ਲਿਆ ਗਿਆ। ਹੁਣ ਇਹਦੇ ਬੰਦੇ ਬੜੇ ਇਸ ਗੱਲ ਦੀ ਕਿੰਤੂ ਪਰੰਤੂ ਕਰਦੇ ਆ ਕਿ ਯਾਰ ਸਾਡੇ ਬੰਦੇ ਕੰਮ ਨਹੀਂ ਕਰਦੇ, ਸਾਡੇ ਬੰਦੇ ਸਮੇਂ ਤੇ ਆਉਂਦੇ ਨਹੀਂ, ਪੂਰਾ ਕੰਮ ਨਹੀਂ ਕਰਦੇ, ਤਾਂ ਕਰਕੇ ਭਈਆਂ ਨੂੰ ਤਰਜੀਹ ਦਿੱਤੀ। ਹੁਣ ਮੈਂ ਤੁਹਾਨੂੰ ਦੱਸਦਾ ਜਾਂ ਜਿਹੜੀ ਕੰਮ ਵਾਲੀ ਗੱਲ ਹੈ, ਅਸੀਂ ਪਿਛਲੇ ਦਿਨਾਂ ਦੇ ਅੰਦਰ ਥਰਮਲ ਹੈ ਬਣਾ ਲਈ ਉੱਥੇ ਗਏ, 4 ਐਮ ਟੈਕ ਕੀਤੇ ਮੁੰਡੇ ਕੱਢ ਕੇ, ਉੱਥੋਂ ਦੀ ਇੱਕ ਪ੍ਰਾਈਵੇਟ ਕੰਪਨੀ ਹੈ, ਉਹਦੇ ਠੇਕੇਦਾਰ, ਉਹਦੇ ਪ੍ਰਬੰਧਕ, ਉਹਦੇ ਮਾਲਕ ਵੀ ਬਾਹਰਲੇ ਹੈ, ਹੋਰ ਸੂਬਿਆਂ ਦੇ ਹੈ, ਉਹਨਾਂ ਨੇ ਸਾਡੇ ਮੁੰਡੇ ਕੱਢੇ, 4 ਐਮ ਟੈਕ ਕੀਤੇ ਹੋਏ ਮੁੰਡੇ ਅਤੇ ਬਾਹਰਲੇ ਭਈਏ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਵਾਸੀ ਬੰਦੇ, ਉਹਨਾਂ ਨੂੰ ਰੱਖ ਲਿਆ ਗਿਆ। ਇਸ ਤੋਂ ਇਲਾਵਾ ਰਾਮਾ ਰਿਫਾਇਨਰੀ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ, ਉੱਥੇ ਸਾਨੂੰ ਐਂ ਨਜ਼ਰ ਹੀ ਨਹੀਂ ਆਉਂਦਾ ਜਾ ਕੇ ਵੀ ਇੱਥੇ ਆਪਾਂ ਪੰਜਾਬ 'ਚ ਆ ਗਏ ਹੁੰਦੇ ਹਾਂ, ਐਂ ਲੱਗਦਾ ਯਾਰ ਕਿਸੇ ਹੋਰ ਸੂਬੇ 'ਚ ਫਿਰਦੇ ਹਾਂ। ਟੋਲ ਪਲਾਜ਼ਿਆਂ ਦੇ ਉੱਤੇ ਜਿਹੜੀਆਂ ਕੰਪਨੀਆਂ ਟੋਲ ਪਲਾਜ਼ਿਆਂ ਦੇ ਉੱਤੇ ਕੰਮ ਕਰ ਰਹੀਆਂ ਨੇ, ਉਹ ਸਾਰੀਆਂ ਬਾਹਰਲੇ ਸੂਬਿਆਂ ਦੀਆਂ। ਉਹ ਸਾਡੇ ਬੰਦਿਆਂ ਨੂੰ, ਸਾਡੇ ਮੁੰਡਿਆਂ ਨੂੰ ਉੱਥੇ ਜਿਹੜੇ ਬੇਰੁਜ਼ਗਾਰ ਮੁੰਡੇ ਲੱਗੇ ਹੋਏ ਨੇ, ਕੁੜੀਆਂ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਹਟਾ ਕੇ ਉੱਥੇ ਭਈਆਂ ਨੂੰ ਲਾ ਰਹੇ ਨੇ। ਭੱਠਿਆਂ ਦੇ ਉੱਤੇ ਸਾਡੇ ਬੰਦਿਆਂ ਨੂੰ ਕੱਢ ਕੇ ਜਿਹੜੇ ਭੱਠਿਆਂ ਦੇ ਮਾਲਕ ਆ ਉਹ ਭਈਆਂ ਨੂੰ ਰੱਖ ਰਹੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਹੋਰ ਕਾਰਖਾਨੇ ਨੇ, ਫੈਕਟਰੀਆਂ ਨੇ, ਉਹਨਾਂ ਦੇ ਵਿੱਚ ਭਈਆਂ ਨੂੰ ਰੱਖਿਆ ਜਾ ਰਿਹਾ, ਸਾਡੇ ਬੰਦਿਆਂ ਨੂੰ ਕੱਢਿਆ ਜਾ ਰਿਹਾ। ਹੁਣ ਮੈਨੂੰ ਇਹ ਦੱਸੋ, ਪੰਜਾਬ ਦੀ ਧਰਤੀ ਜੇ ਕੋਈ ਫੈਕਟਰੀ ਲੱਗੀ, ਕਾਰਖਾਨਾ ਲੱਗਿਆ, ਧਰਤੀ ਜ਼ਮੀਨ ਕਿਹਦੀ ਰੁਕੀ? ਪੰਜਾਬ ਦੀ ਆਬੋ ਹਵਾ, ਪਾਣੀ, ਧਰਤੀ ਜ਼ਹਿਰੀਲੀ ਕਿੱਥੋਂ ਦੀ ਹੋਈ? ਪੰਜਾਬ ਦੀ। ਅਤੇ ਨੌਕਰੀਆਂ ਸਾਡਿਆਂ ਨੂੰ ਕੱਢ ਕੇ ਬਾਹਰਲਿਆਂ ਨੂੰ, ਇਹੀ ਹਾਲ ਪਿੱਛੇ ਰੌਲਾ ਪਿਆ ਟ੍ਰਾਈਡੈਂਟ ਫੈਕਟਰੀ ਧੌਲੇ, ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹਟਾਏ ਗਏ, ਬਾਹਰਲੇ ਰੱਖੇ ਗਏ।
हुण इह धक्का नहीं तां होर की आ। हुण इह दूजी गल आ जांदी आ, पिछले साल की गल है, एस एस पी हुंदा सीगा इत्थे अपने हुंदे सी बठिंडे अजय मरूजा, रामा रिफाइनरी दे विच पुलिस दीआं गड्डियां फूकतीआं सी पईआं ने, सरकार ने गल विच ही दब दी पुलिस दीआं गड्डियां फूकीआं होण, इत्थे कोई माड़ा मोटा भाने वर्गा पुलिस नूं असी उस गल नाल सहमत नहीं। हालांकि मैं पहला भी गल कही है, बोलिया उहदे चाके एस सी एक्ट लाता ते चाके जेल सिड़ता, ते दूजे पासे आपां देखिआ कि इह पड़ताल करा सकदे, सरकार इस गल की जांच करा सकदे। पिछले साल की गल है, कांग्रेस सरकार वेले की गल है कि रामा रिफाइनरी दे विच पुलिस दीआं गड्डियां फूकतीआं सीआं पईआं ने जिहड़े अंदर काम करदे है, पर सरकार ने गल क्यों दबी, क्यों नहीं कोई कार्रवाई हुई, क्यों नहीं किसे परचा दर्ज होया। इत्थे शरेआम भई इह आ कि पांच पांच साल दीआं कुड़ियां नाल बलात्कार करदे आ, बलात्कार करन तों बाद उन्हां नूं मार दिंदे आ। लुधियाने दे अंदर होली वाले दिन शरेआम अपने बंदे भईआं ने कुट्टे, साडियां पग्गां लाही जांदे आ। रात की घटना है रामपुरे की, रामपुरे फूल की रात की घटना, 9:30 का टाइम सीगा, मुंडा टैंपू वाला टैंपू खड़ा के बेचारा आउंदा सी, कोले दे झोला सीगा कनैक्टर हुंदा, उस पैसे सीगे 10,000 रुपये, नाले उह कुट्टिया यूनियन दे कोले, इन्हां 10,000 रुपया कढ लिया भईआं ने। कल की दरखास्त लिखाई, उहदे कोई कार्रवाई नहीं हो रही। हुण इह जिहड़ियां गल्लां, जिहड़े लोग तुसीं देखो, जदों भी कोई बंदा इत्थे पंजाब दे हक की गल करन कितों ही आउंदा, जां कोई बंदा उठदा, इह बंदे नाल दी नाल उहनां बंदिआं दे खिलाफ बोलदे आ। अज उही बंदे भईआं दे हक च खड़ गए कि साडा जी इत्थे बाहर, तुसीं बाहर जाके तुसीं तुहानूं वी उह कढणगे। अगली गल जिहड़ी भईआं दे आउण नाल पंजाब दा नुकसान हो रिहा, पंजाब इक महान सभ्यता दा नां है, पंजाब ए नहीं भी खिते दा नां है, इक धरती दा नां है, इक महान विरासत दा नां है, जिहड़ी सदियां दे विच इत्थे मना मूही खून डुलण तों बाद, हजारां सिर लगण तों बाद, कुर्बानियां होण तों बाद, इह सभ्यता विरासत होंद चाहिए। साडे पुरखियां ने बड़ी लंमी घालना घाली इहदी खातर, बड़ियां कुर्बानियां कीतियां ने, बड़ियां शहीदियां दित्तियां ने, तां पंजाब सभ्यता बणी है, तां पंजाब दी होंद जिहड़ी उह कायम होई है। जिहड़े भईए आउण नाल साडी डेमोग्राफी बदल रही है, इत्थों दी भूगोलिक स्थिति बदल रही आ, साडा सभ्याचार च बहुत वड्डा बिगाड़ पा रिहा है, साडी मां बोली दे उत्ते खतरा इहनां भईआं दे करके आ, साडे जिहदे रौह रीति रिवाज ने उहनां दा जिहड़ा वड्डा खत्म होण दा जिहड़ा खदशा खड़ा होगा भईआं करके आ। आ जिहड़ा स्परम असीं धराउण लग गए, असीं टीके नाल जवाक लैण लग गए, इह नसलकुशी जिहड़ी हो रही आ, इह सारा वीर जिहनां भईआं दा वरत्या जांदा, इक बहुत गुज्जे हमला कह लईए, इक साजिश कह लईए, जिहड़ी सानूं पता नहीं लग रही कि किवें साडा DNA बदल के, साडा खून बदल के साडे साडी नसलकुशी की जा रही है। जिहड़े नुकसान तुहानूं मैं भईआं दे गिणा रहा, जिहड़े जिहड़े इहनां दे हमायती बने बैठे आ, मैं उहनां नूं पुछणा चाहुंदा कि की साडे बंदे बाहर कनेडा, अमरीका, आस्ट्रेलिया, इंग्लैंड जांदे आ, की उत्थों की डेमोग्राफी बदल रहे हैं, की उत्थों की बोली च बिगाड़ पा रहे हैं, की उत्थों के सभ्याचार नूं बिगाड़ रहे ने, जां उत्थों दीआं पांच पांच साल दीआं बच्चियां नाल बलात्कार कर रहे हैं, जां उत्थों के लोगों के हकों के काबज हो रहे हैं, जां इह आ वी भाई उत्थों के लोगों नूं कढ़ता दे अपने नूं मौका देता, इह तां नहीं हो रहा। पर इत्थे सारे ठेकेदार भी प्रबंधक भी वह सारे भईए ने, बाहरलियां कंपनियां के कब्जे ने, इत्थे कुल चीज़ के टोलों से भट्ठियां से फैक्ट्रियां च वह सारे साडे बंदां नूं कढ़ी जांदे ते भईआं दा इत्थे कब्जा कराई जांदे, इह नुकसान आ भईआं दा। फिर भी भाई जे किसे नूं इन्ना भईआं नाल दर्द है, ज्यादा किसे नूं चंगे लगदा तां अपने घरे रख लो लिजा के भईए, तुहानूं कोई नहीं रोकदा। पर इह पंजाब दी, मैं फिर कहना, असीं पंजाब दी जिहड़ी विरासत है इहनूं किसे भी रूप दे विच बिगड़न नहीं देवांगे। इस पंजाब नूं बचाउण लई असीं हजारां साल तों लड़दे आए हां, इन्हां लोकां दा नखेड़ा करो। पंजाब दे लोक इह उही लोक ने जदों कि पंजाब दे हक्कां दी गल करूं, साडे सभ्याचार नूं बोली नूं बचाउण दी गल करूं, साडी जवानी नूं चिट्टे तों बचाउण दे, अमृतपाल आए सी जवानी नूं चिट्टे तों बचाउण दी गल करदा सी, नशा रहित करन दी गल करदा सी, अमृत संचार करा रहा सी नौजवानां दा, गुरबाणी नाल सिक्खी नाल इतिहास नाल जोड़ रहा सी। आ उही उही इह लोक सी जिहड़े उहदे खिलाफ
लगातार इन्होंने लगातार प्रापे गंडा किया 6 महीने कला फेसबुक बैठ के मैदान च नहीं आना इन्होंने आओ अमृतपाल तो बैठा डिब्रूगढ़ सिड़ता सटाता तुम चाके ये ए कर दू ए करा दू करा दू आ मरवा दू हूं कि खुडा च वड़ गए ये उही लोग ने अज भी खड़े जिहड़े भाइयों के हक च खड़े हमेशा तुम देखा करो जदों ही कोई पंजाब पक्षी गल हुंदी है कोई बंदा पंजाब दे पक्ष की गल करता है ये बंदे हमेशा उहदे खिलाफ खड़े हुंदे है दरअसल ये बंदे सरकारां दे बंदे एजेंसियां दे बंदे स्टेट दे हायर किए हुए बंदे इन्हां दा खास ध्यान रखा करो जिहड़े बंदे पंजाब दे पक्ष की साडे लोगों नूं एक चैनल वाला उहदा भी ध्यान मारिया करो बड़े चिर तों मैं उहनूं देख रहा हां उह लैके भूकणा जिहा वग जांदा अपना मैक जिहा जिथे चार क बंदे अपने पक्षी साथ च बिठा लैंदा है ते उहनां नूं पुछण लग जांदा है वह पता की कह रहे अज चल रहा है वह बजुर्गों बुला रहा सत च बैठा साडा झोना किवें लगूगा जी साडा काम किवें हो जिहड़ा कहिंदा साडा काम नहीं होना भाइयों तों बिना कन्न खोल के सुनो तुहानूं दसना चाहुंदा है करोने वेले एक भैया नहीं सी असीं एक भैया भी तो झोना किवें लग गया ना समय ते लग्या लेट नहीं होया 300 करोड़ रुपया पंजाब दा पंजाब च रहेगा पंजाब दे मजदूरां कोल रहा पैसा जिहड़े कहिंदे काम नहीं होना भाइयों तों बिना पहला असीं काम किवें करदे सी ये भी जान के चलाया हुआ प्रापे गंडा है कि भंगा तो बिना काम नहीं होना जी सो इस करके भरावो अपील करता जेडे सच्चे दर्दी है पंजाब दे अपने बंदियां नूं काम दिओ झोना भी अपने बंदियां तो लवाओ लाउणगे लवा शर्त करदा जेडे कहिंदे काम भंगा तो बिना होना नहीं तुसीं लवा के देखो एक पिंड दो पिंड दस पिंड ये गल का टैस्ट कर लैण आपां देख लांगे लगदा कि नहीं लगदा झोना कोई भी समान खरीदना अपने बंदियां तों खरीदो पंजाबियां तों खरीदो ये मुहिम चलानी पैनी है मुहिम कर्नाटका ने तमिलनाडु ने चलाई है केरला ने चलाई है महाराष्ट्र ने चलाई है उन्होंने भी पता है जो ये उधर नूं गए है बिहार वाले यूपी वाले उठ के उन्होंने भी बहुत वड्डी सभ्यता नूं खतरा खड़ा हो गया तां उन्होंने भजाए उत्थों ये पर साडे जिहड़े गदार ने जिहड़े पंजाब दा कदे चंगा सोच ही नहीं सकदे पंजाब दा खांदे आ पंजाब च रहिंदे आ उहो जिहा वोटां खातर मैं तुहानूं वीडियो दिखाउणा उहो जिहा वोटां खातर आ देखो आ नवीं नवीं खाखी निकर पाई है इहदा भी सुन लिओ जिहड़ा कोई सत्ताधारी थानू तंग करे कोई समय की हुकूमत का भुगतरिया अफसर तंग रेहड़ी फड़ी ला के अपना सरदार ਸੱਤਾਧਾਰੀ ਤੁਹਾਨੂੰ ਤੰਗ ਕਰੇ ਕੋਈ ਸਮੇਂ ਦੀ ਹਕੂਮਤ ਦਾ ਭੁਗਤਰਿਆ ਅਫਸਰ ਤੰਗ ਕਰੇ ਮੈਨੂੰ ਦੱਸ ਦਿਓ ਉਹਨੂੰ ਸਿੱਧਿਆਂ ਕੱਟਿਆ ਇਹ ਹੁਣ ਭਾਈ ਖਾਕੀ ਨੀਕਰ ਪਾਈ ਹੈ ਇਹਨੇ ਫਿਰ ਭੁਗਤਣਾ ਹੀ ਆ ਹੱਕ ਚ ਉਹਨਾਂ ਦੇ ਇਹ ਲੁਧਿਆਣੇ ਦੀ ਗੱਲ ਹੈ ਜਿਹੜੇ ਸ਼ਰੇਆਮ ਉਹ ਕਹਿੰਦੇ ਆ ਕੁੱਟਦੇ ਆ ਗੁੰਡਾਗਰਦੀ ਕਰਦੇ ਆ ਇਹ ਯਾਦ ਰੱਖਿਓ ਇਹੋ ਜਿਹੇ ਬੰਦਿਆਂ ਦੀ ਬਦੌਲਤ ਇਹਨਾਂ ਨੇ ਵੋਟਾਂ ਦੀ ਖਾਤਰ ਇਹਨਾਂ ਨੇ ਪੰਜਾਬ ਦਾ ਨਹੀਂ ਕਦੇ ਸੋਚਣਾ ਇਹਨਾਂ ਨੇ ਵੋਟਾਂ ਦਾ ਸੋਚਣਾ ਵੀ ਭੰਗਾਂ ਦੀਆਂ ਵੋਟਾਂ ਮਿਲਣੀਆਂ ਭੰਗਾਂ ਦੇ ਹੱਕ ਚ ਖੜਨਗੇ ਪੰਜਾਬ ਦੇ ਹੱਕ ਚ ਨਹੀਂ ਖੜਦੇ ਗੱਲ ਯਾਦ ਰੱਖਿਓ ਜਿਹਦੀ ਬਦੌਲਤ ਪੰਜਾਬ ਏਡਾ ਵੱਡਾ ਨੁਕਸਾਨ ਜਿਹੜਾ ਸਾਡਾ ਹੋ ਰਿਹਾ ਬਹੁਤ ਵੱਡਾ ਸਾਡੀ ਸੱਭਿਅਤਾ ਦਾ ਉਜਾੜਾ ਹੋ ਰਿਹਾ ਇਹਨਾਂ ਇਹੋ ਜਿਹੇ ਲੋਕਾਂ ਦੀ ਬਦੌਲਤ ਆ ਸਿਰਾਂ 'ਚ ਪੱਗ ਸਿਰਾਂ 'ਚ ਜਿਹੜੇ ਹੈਗੇ ਪੱਗਾਂ 'ਚ ਫਸਾਏ ਹੋਏ ਆ ਦਾੜੇ ਰੱਖੇ ਹੋਏ ਆ ਅਤੇ ਉਲਟਦੇ ਹਮੇਸ਼ਾ ਭੁਗਤਦੇ ਹਮੇਸ਼ਾ ਪੰਜਾਬ ਦੇ ਉਲਟੀ ਆ ਅਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਆ ਵੈਸੇ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਇਸ ਮਸਲੇ ਦੇ ਉੱਤੇ ਕਿਉਂਕਿ ਮੈਂ ਬਹੁਤਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਹੁੰਦਾ ਨਾ ਮੇਰੇ ਕੋਲ ਭਰਾਵੋ ਸਮਾਂ ਹੈ ਨਾ ਮੈਂ ਇਹੋ ਜਿਹੇ ਵਿਵਾਦ ਚ ਪੈਣਾ ਹੁੰਦਾ ਕਿ ਕੋਈ ਵੀਡੀਓ ਖੇਡੀ ਜਾਓ ਕੋਈ ਕਿਸੇ ਨੇ ਬੋਲਤਾ ਉਹਨੇ ਬੋਲਤਾ ਆਪਾਂ ਬੋਲਤਾ ਮੈਂ ਉਹਨਾਂ ਗੱਲਾਂ 'ਚ ਬਾਹਲਾ ਵਿਸ਼ਵਾਸ ਨਹੀਂ ਰੱਖਦਾ ਮੈਂ ਤਾਂ ਧਰਤੀ ਦੇ ਉੱਤੇ ਕੰਮ ਕਰਨ ਵਾਲਾ ਇਨਸਾਨ ਹੈ ਅਤੇ ਹਮੇਸ਼ਾ ਤੁਹਾਨੂੰ ਕੋਈ ਚੰਗੀ ਗੱਲ ਹੀ ਮੈਂ ਨਾ ਹਰ ਤੱਕੇ ਦੇ ਖਿਲਾਫ਼ ਬੋਲਿਆ ਪਰ ਤੁਹਾਨੂੰ ਇੱਕ ਮੈਂ ਏਜੰਡਾ ਜ਼ਰੂਰ ਹੁਣ ਦੱਸਣਾ ਚਾਹੁੰਦਾ ਕਿ ਏਜੰਡਾ ਕੀ ਚੱਲ ਰਿਹਾ ਇਹ ਸਰਕਾਰ ਦਾ ਏਜੰਡਾ ਕੀ ਹੈ ਸਰਕਾਰ ਦਾ ਏਜੰਡਾ ਜਿਹੜਾ ਸਾਰਾ ਜ਼ੋਰ ਲੱਗਿਆ ਹੋਇਆ ਸਰਕਾਰ ਦਾ ਕਿ ਕਿਸੇ ਵੀ ਤਰੀਕੇ ਨਾਲ ਸਿੱਧੂ ਮੂਸੇਵਾਲੇ ਨੂੰ ਗੈਂਗ ਬਾਰ ਦੇ ਵਿੱਚ ਮਰਿਆ ਹੋਇਆ ਸਾਬਤ ਕਰਨਾ ਉਹਨੂੰ ਗੈਂਗਸਟਰ ਸਾਬਤ ਕਰਨ 'ਤੇ ਸਰਕਾਰ ਲੱਗੀ ਹੋਈ ਹੈ ਆਪਾਂ ਦੇਖਿਆ ਸ਼ੁਰੂ ਤੋਂ ਵੀ ਇਹ ਗੱਲਾਂ ਉੱਠੀਆਂ ਫਿਰ ਜਲੰਧਰ ਮੂਸੇਵਾਲੇ ਦਾ ਬਾਪੂ ਗਿਆ ਪ੍ਰਚਾਰ ਕਰਨ ਉਦੋਂ ਬਾਅਦ ਸਰਕਾਰ ਨੇ ਉਹਦੇ ਖਿਲਾਫ਼ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਉਹਦੇ ਜੋ ਜਲੰਧਰ ਜਿੱਤੇ ਆ ਉਹ ਕਿ ਹੁਣ ਮੂਸੇਵਾਲਾ ਜਿਤਾ ਲਿਆ ਆ ਮੂਸੇਵਾਲੇ ਦੇ ਪਿਓ ਨੇ ਕਿਹੜਾ ਕਿਹਾ ਸੀਗਾ ਫਲਾਨੇ ਨੂੰ ਵੋਟ ਪਾਓ ਫਲਾਨੇ ਨੂੰ ਵੋਟ ਪਾਇਓ ਪਰ ਉਹਦੇ ਖਿਲਾਫ਼ ਇੱਕ ਬਹੁਤ ਸਾਜ਼ਿਸ਼ ਦੇ ਤਹਿਤ ਕਿਉਂਕਿ ਮੂਸੇਵਾਲਾ ਦਾ ਕਤਲ ਸਰਕਾਰ ਦੇ ਗੱਲ ਦੀ ਹੱਡੀ ਆ ਹੱਡੀ ਕਿਉਂ ਹੈ
ਹੁਣ ਲੋਕ ਕਹਿੰਦੇ ਇਨਸਾਫ ਮਿਲ ਗਿਆ ਕਿੱਥੇ ਮਿਲ ਗਿਆ ਜੀ ਇਨਸਾਫ ਜਿਹੜੇ ਸਾਜ਼ਿਸ਼ਕਰਤਾ ਲੋਕ ਨੇ ਜਿਹੜੇ ਪਿੱਛੇ ਦੇ ਲੋਕ ਨੇ ਕਿ 47 ਕਿੱਥੋਂ ਆਉਂਦੀ ਹੈ ਉਹ ਲੋਕ ਹਾਲੇ ਵੀ ਜੇਲ੍ਹਾਂ ਦੇ ਵਿੱਚੋਂ ਬੈਠੇ ਇੰਟਰਵਿਊ ਕਰਦੇ ਕਿਹਦੀ ਸ਼ਹਿਰ ਤੇ ਕਰਦੇ ਇਹਦੇ ਪਿੱਛੇ ਬੰਦੇ ਕੌਣ ਹੈ ਉਹ ਹਾਲੇ ਸਾਫ਼ ਨਹੀਂ ਹੋਇਆ ਬਲਤੇਜ ਪੰਨੂ ਜਿਹੜੇ ਇਨਸਾਨ ਨੇ ਸਕਿਉਰਿਟੀ ਲੀਕ ਕੀਤੀ ਖਬਰਾਂ ਨਸ਼ਰ ਕੀਤੀਆਂ ਸਕਿਉਰਿਟੀ ਦੀਆਂ ਇਹ ਗੱਲ ਉਹਨੂੰ ਮਾਰਨ ਵਾਲੇ ਵੀ ਮੰਨਦੇ ਆ ਕਿ ਜਦੋਂ ਮੂਸੇਵਾਲ ਦੀ ਸਕਿਉਰਿਟੀ ਦੀ ਗੱਲ ਸਾਡੇ ਕੋਲ ਆਈ ਵੀ ਸਕਿਉਰਿਟੀ ਘੱਟ ਗਈ ਅਸੀਂ ਨਾਲ ਹੀ ਨਾਲ ਅਟੈਕ ਲਾ ਲਿਆ ਸੀ ਉਸ ਦਿਨ ਜੇ ਨਾ ਮੂਸੇਵਾਲਾ ਬਾਹਰ ਨਿਕਲਦਾ ਤਾਂ ਘਰੇ ਵੜ ਕੇ ਮਾਰ ਦਿੰਦੇ ਉਹਨੂੰ ਪਤਾ ਲੱਗਾ ਬੰਦੇ ਦੋ ਰਹਿ ਗਏ ਇਹ ਨਸ਼ਰ ਕਰਨ ਵਾਲਾ ਕੌਣ ਸੀ ਬਲਤੇਜ ਪੰਨੂ ਅੱਜ ਕੱਲ੍ਹ ਬਲਤੇਜ ਪੰਨੂ ਕੌਣ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੀਡੀਆ ਸਲਾਹਕਾਰ ਸਾਰਾ ਜ਼ੋਰ ਸਰਕਾਰ ਦਾ ਇਸ ਗੱਲ ਦੇ ਉੱਤੇ ਹੈ ਵੀ ਕਿਸੇ ਵੀ ਤਰੀਕੇ ਨਾਲ ਮੂਸੇਵਾਲ ਨੂੰ ਗੈਂਗਵਾਰ ਚ ਪਾ ਦਿਓ ਆਪਦੇ ਗਲੋਂ ਗਲਾਵਾਂ ਲਾਹੋ ਤੇ ਉਹਦੇ ਲਈ ਵਰਤ ਲਈ ਹੈ ਉਹ ਇੱਕ ਸਰਕਾਰ ਦਾ ਪਿੱਠੂ ਬਣਿਆ ਹੋਇਆ ਉਹ ਸਰਕਾਰ ਦਾ ਪਿੱਠੂ ਬਣਿਆ ਹੋਇਆ ਜਿਹੜਾ ਲਗਾਤਾਰ ਤੁਸੀਂ ਦੇਖਿਆ ਹੀ ਹੋਣਾ ਕਿ ਉਹ ਬੈਠਾ ਅੱਜ ਕੱਲ੍ਹ ਉਹਦੀਆਂ ਫੋਟੋਆਂ ਵੀ ਆ ਗਈਆਂ ਨਿਕਲ ਕੇ ਕਿ ਉਹ ਬੈਠਾ ਸਰਕਾਰ ਦੀ ਕੌਲੀ ਚੱਟ ਰਿਹਾ ਕਮੇਜ਼ ਦੇ ਉੱਤੇ ਉਹ ਸਾਰਾ ਜ਼ੋਰ ਤੋਰ ਇਸ ਗੱਲ ਦੇ ਉੱਤੇ ਲੱਗਿਆ ਸਰਕਾਰਾਂ ਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਵੀ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਜਿਹੜੇ ਬੰਦੇ ਪੰਜਾਬ ਪੱਖੀ ਗੱਲ ਕਰਨਗੇ ਇਹਨਾਂ ਸਰਕਾਰਾਂ ਦਾ ਇਸੇ ਗੱਲ 'ਤੇ ਜ਼ੋਰ ਹੁੰਦਾ ਕਿ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਦੇ ਵਿੱਚੋਂ ਖਤਮ ਕੀਤਾ ਜਾਵੇ ਉਹਦਾ ਆਧਾਰ ਚਾਹੇ ਉਹਨੂੰ ਬਦਨਾਮ ਕੀਤਾ ਜਾਵੇ ਚਾਹੇ ਉਹਨੂੰ ਜੇਲ੍ਹ ਸੁੱਟਿਆ ਜਾਵੇ ਇਹ ਸਾਰੇ ਹੱਥਕੰਡੇ ਵਰਤਦੇ ਆ ਭਰਾਵੋ ਅਜਿਹੇ ਬੰਦਿਆਂ ਨੂੰ ਚਕੰਨੇ ਰਹਿਣਾ ਜਿਹੜੇ ਸਰਕਾਰ ਦੇ ਪਿੱਠੂ ਬਣ ਕੇ ਮੁੜ ਕੇ ਕੌਲੀਆਂ ਛੱਡਦੇ ਆ ਜਾ ਕੇ ਮੀਟਿੰਗਾਂ ਕਰਦੇ ਆ ਬਲਤੇਜ ਪੰਨੂ ਵਰਗਿਆਂ ਨਾਲ ਬੈਠੇ ਆ ਅਤੇ ਮੁੜ ਕੇ ਉਹੀ ਬੰਦੇ ਆ ਕੇ ਮੂਸੇਵਾਲ ਦੇ ਖਿਲਾਫ਼ ਬੋਲਦੇ ਉਹਦੇ ਪਿਓ ਦੇ ਖਿਲਾਫ਼ ਬੋਲਦੇ ਆ ਅਤੇ ਉਹਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਗੈਂਗਵਾਰ 'ਚ ਮਾਰਿਆ ਗਿਆ ਇਹ ਹੁਣ ਸਮਝ ਲਓ ਵੀ ਕਹਾਣੀ ਬਲਤੇਜ ਪੰਨੂ ਵਰਗੇ ਬੈਠੇ ਉੱਥੋਂ ਕਿਵੇਂ ਚਲਾ ਰਹੇ ਆ ਅਤੇ ਕਿਹੜੇ ਬੰਦੇ ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਬੜੇ ਨਸਲੀ ਕਹਾਉਂਦੇ ਆ ਅਤੇ ਬੈਠੇ ਉੱਥੇ ਕੌਲੀ 'ਚ ਜੀਭ ਮਾਰੀ ਜਾਂਦੇ ਆ ਸਰਕਾਰ ਦੀ 'ਚ ਇਹ ਸਰਕਾਰ ਦੇ ਪਿੱਠੂ ਆ ਦੂਜੀ ਗੱਲ ਦੱਸ ਦਿੰਦਾ ਜਿੱਦੇ ਭਾਨਾ ਫੜਿਆ ਭਾਨੇ ਦਾ ਰਮਾਨ ਸੀਗਾ ਆਹੀ ਬਲਤੇਜ ਸਿੰਘ ਪੰਨੂ ਦਾ ਮੁੰਡਾ ਡੀ ਐੱਸ ਪੀ ਨੂੰ ਫੋਨ ਕਰਕੇ ਕਹਿ ਰਿਹਾ ਸੀਗਾ ਡੰਡਾ ਚੰਗੀ ਤਰ੍ਹਾਂ ਚਾੜੋ ਇਹਦੇ ਇਹ ਸਰਕਾਰ ਦੇ ਖਿਲਾਫ਼ ਭਾਉਂਦਾ ਭਾਨੇ ਨਾਲ ਮਸਲਾ ਕੋਈ ਇਹ ਨਹੀਂ ਐਡਾ ਮਸਲਾ ਨਹੀਂ ਭਾਨੇ ਨਾਲ ਕਿਉਂਕਿ ਅੱਜ ਸਾਨੂੰ ਪਤਾ ਕਿ ਵਿਰੋਧੀ ਜਿਹੜੀ ਵਿਰੋਧੀ ਧਿਰ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਬਾਦਲ ਤਾਂ ਵੈਸੇ ਹੀ ਖਤਮ ਹੋ ਗਈ ਕਾਂਗਰਸ ਵਾਲੇ ਰਾਜੇ ਬੜਿੰਗਾ ਅਰਗੇ ਅੰਦਰ ਖਾਤੇ ਸਮਝੌਤਾ ਕਰ ਗਏ ਭਗਵੰਤ ਨਾਲ ਬੋਲਣ ਵਾਲੇ ਕਿਹੜੇ ਦੇ ਇਕੱਲੇ ਖਹਿਰਾ ਰਹਿ ਗਿਆ ਉਹ 'ਤੇ ਵੀ ਪਰਚਾ ਜਾਂ ਬੋਲਣ ਵਾਲੇ ਕੋਈ ਹੋਰ ਰਹਿ ਗਏ ਭਰਾਵੋ ਦੋ ਚਾਰ ਬੰਦੇ ਉਹਨਾਂ ਨੂੰ ਇਸ ਤਰੀਕੇ ਨਾਲ ਦੱਬ ਰਹੇ ਆ ਇਹ ਚਾਹੁੰਦੇ ਬਿਲਕੁਲ ਸਾਡੇ ਖਿਲਾਫ਼ ਕੋਈ ਵੀ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ਼ ਕੋਈ ਆਵਾਜ਼ ਉੱਠਣੀ ਚਾਹੀਦੀ ਅਸੀਂ ਜੋ ਮਰਜ਼ੀ ਕਰੀਏ ਪੰਜਾਬ ਨਾਲ ਪੰਜਾਬ ਦੇ ਪਾਣੀ ਵੇਚ ਕੇ ਪੰਜਾਬ ਦੇ ਹੱਕ ਵੇਚ ਕੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀਆਂ ਟਿਕਟਾਂ ਚਾਹੇ ਪੈਸਿਆਂ 'ਚ ਵੇਚ ਕੇ ਚਾਹੇ ਕੋਈ ਹੋਰ ਬੰਦੇ ਬਿਠਾ ਕੇ ਕੋਈ ਬੋਲੇ ਨਾ ਚਾਹੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਅਸੀਂ ਬਾਹਰਲੇ ਸੂਬਿਆਂ ਦੀਆਂ ਅਖਬਾਰਾਂ ਚੈਨਲਾਂ 'ਤੇ ਐਡ 'ਤੇ ਉਡਾਈਏ ਸਾਨੂੰ ਕੋਈ ਰੋਕੇ ਨਾ ਇਸ ਕਰਕੇ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਅਗਲੀ ਗੱਲ ਆ ਮੈਂ ਚੈਨਲਾਂ ਵਾਲਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਛੋਟੀ ਛੋਟੀ ਗੱਲ ਨੂੰ ਪਾਉਂਦੇ ਹੋ ਆਪਣੇ ਆਪਣੇ ਚੈਨਲਾਂ ਦੇ ਉੱਤੇ ਹੁਣ ਤੁਸੀਂ ਦੇਖਿਆ ਕਰੋ ਕੋਈ ਵੀ ਇਹ ਕੋਈ ਵੀ ਜਿਹੜੀ ਸਰਕਾਰ ਦੀ ਗਲਤ ਨੀਤੀ ਆ ਪੰਜਾਬ ਪ੍ਰਤੀ ਕੋਈ ਚੈਨਲ ਦਿਖਾ ਰਿਹਾ ਇੱਕ ਅੱਧੇ ਚੈਨਲ ਨੂੰ ਛੱਡ ਕੇ ਦੱਸ ਦਿਓ ਜੇ ਕੋਈ ਦਿਖਾ ਰਿਹਾ ਤਾਂ ਕਿਉਂਕਿ ਸਾਰਿਆਂ ਦੇ ਇਹਨਾਂ ਨੇ ਗਲ 'ਚ ਪਟਾ ਪਾ ਲਿਆ ਉਹਨਾਂ ਨੇ ਸਾਰਿਆਂ ਨੂੰ ਪਟਾ ਪਾ ਕੇ ਉਹਨਾਂ ਨੇ ਐਂ ਜੀਭਾਂ ਮਾਰਨ ਲਾਤਾ ਥੱਲੇ ਰੇਂਗਣ ਲਾਤਾ ਕੀੜਿਆਂ ਨੂੰ ਸੋ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਤੁਹਾਨੂੰ ਸਮਝਣਾ ਪੈਣਾ ਵੀ ਤੁਹਾਡੇ ਖਿਲਾਫ਼ ਇਸ ਪੰਜਾਬ ਦੇ ਖਿਲਾਫ਼ ਇਕੱਲੀ ਇਹ ਸਰਕਾਰ ਨਹੀਂ ਇੱਥੋਂ ਦਾ ਪੂਰਾ ਤੰਤਰ ਆ ਮੀਡੀਆ ਮੈਂ ਕਹੂੰਗਾ ਜਿਹੜਾ ਮੀਡੀਆ ਅੱਜ ਇਹਨਾਂ ਹੁਣ ਭਗਵੰਤ ਸਿੰਘ ਮਾਨ ਨੇ ਪਰਸੋਂ ਮੀਟਿੰਗ ਕੀਤੀ ਹੈ ਹਨੂੰਮਾਨ ਬੈਣੀਪਾਲ ਲੋਕ ਸਭਾ ਮੈਂਬਰ ਜਿਹੜੇ ਹੈਗੇ ਆ ਰਾਜਸਥਾਨ ਤੋਂ ਉਹਦੇ ਨਾਲ ਪੰਜਾਬ ਦੇ ਪਾਣੀ 12,500 ਕਿਊਸਕ ਹੋਰ ਦੇਣ ਦੀ ਗੱਲ ਕੀਤੀ ਹੈ ਕਿਉਂ ਨਹੀਂ ਕਿਸੇ ਚੈਨਲ ਨੇ ਖਬਰ ਚਲਾਈ ਜੀ ਸਿਰਫ ਇੱਕ ਚੈਨਲ ਨੂੰ ਛੱਡ ਕੇ ਕਿਉਂ ਨਹੀਂ ਇਹਨਾਂ ਨੇ ਨੀਤੀਆਂ ਜਗਜਾਹਰ ਕਰ ਰਹੇ ਜੋ ਕਰ ਰਹੇ ਨੇ ਪੰਜਾਬ ਦੇ ਅੰਦਰ ਤਾਂ ਤੁਹਾਡੇ 'ਤੇ ਗੁੱਸਾ ਕਿਉਂ ਨਾ ਆਵੇ ਯਾਰ ਤੁਸੀਂ ਬੜੇ ਹਮਦਰਦੀ ਬਣੇ ਕਈਆਂ ਨੇ ਚੈਨਲ ਵੀ ਆਪਣੇ ਕਿਸਾਨੀ ਅੰਦੋਲਨ 'ਚ ਖੜ੍ਹੇ ਕੀਤੇ
बहुत पंजाब पंजाब करते पंजाब पक्षी आदि गल् करते अज पंजाब नाल खड़न का मौका आया तुसी चड्डां पूछ लिया जी इस करके गल्लां बातां जो अज दे पंजाब दे भखदे मसले ने भरावो मुद्दे ने तुहानू पता चैनल चुनना तो अपनी खबर सलाउणी कोई नहीं है सुन लिया करो ते अमल कर लिया करो मेरा वीर टिप्पणियां भी पंजाबी च करिया करो ते ए अपने दिमाग नूं खोल के रखो साडे नाल हो की रहा है इहदे उत्ते निगाह बहुत तिखी रखो साडे नाल वापर की रहा साडी होंद नूं साडी नसल नूं साडीआं आउण वालीआं नसलां नूं खत्म करन दीआं कोशिशां हो रहीआं ने साडी बहुत गुज्जे हमले नाल शासन दे नाल साडी नसल तुसीं करन दे सारे जिहड़े तरीके अपनाए जा रहे हैं पर आपां उही गल भगती च लीन हो जाने भगत बन जाने पर सानू सारिया कोई सरकार है कोई बंदा उहदियां माड़ियां गल्लां भी सानू चंगियां लगियां रहिंदियां पंजाब पक्षी होकर सोचो पंजाब नूं समर्पित होकर सोचो ना कि किसी पार्टी का ना किसी धिर का ना किसी बंदे का भगत बन के सोचो जे पंजाब नूं बचाउणा तां सो गौर करो अमल भी करो वाहिगुरू जी खालसा वाहिगुरू जी ਫਤਿਹ।